ਜ਼ਰਾ ਲਈ ਵੱਡੀ ਖਬਰ ਦਾ ਰੁਕ ਕਰਦੇ ਦੱਸ ਦਈਏ ਕਿ ਚੀਫ ਮਿਨਿਸਟਰ ਮਾਨ ਜਿੱਥੇ ਸੰਜੇ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸੰਜੇ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਤੋਂ ਬਾਅਦ ਮੁਲਾਕਾਤ ਕੀਤੀ ਜਾਣੀ ਹੈ ਸੰਜੇ ਸਿੰਘ ਦੇ ਪਰਿਵਾਰ ਹੋਰਾਂ ਦੇ ਨਾਲ ਸੰਜੇ ਸਿੰਘ ਦੀ ਰਹਿਸ਼ ਤੇ ਮੁਲਾਕਾਤ ਕੀਤੀ ਜਾਏਗੀ 12:30 ਵਜੇ ਦੇ ਕਰੀਬ ਇਹ ਮੁਲਾਕਾਤ ਹੋਣੀ ਹੈ ਸੋ ਇਸ ਵਕਤ ਦੀ ਵੱਡੀ ਖਬਰ ਚੀਫ ਮਿਨਿਸਟਰ ਮਾਨ ਸੰਜੇ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤੇ ਸੰਜੇ ਸਿੰਘ ਦੀ ਰਹਿਸ਼ ਤੇ ਮੁਲਾਕਾਤ ਹੋਏਗੀ ਸੋ ਅੱਜ 12:30 ਵਜੇ ਮੁਲਾਕਾਤ ਦਾ ਜਿਹੜਾ ਸਮਾਂ ਉਹ ਰੱਖਿਆ ਗਿਆ ਸੋ ਉੱਥੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ 10 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਰੇਡ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਤੋਂ ਬਾਅਦ ਮਾਣਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ 5 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਈਡੀ ਨੂੰ ਤਾਂ ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਅਹਿਮ ਰਹਿੰਦਾ ਲੇਕਿਨ ਫਿਲਹਾਲ ਦੀ ਘੜੀ ਸੀਐਮ ਮਾਨ ਸੰਜੇ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਸੰਜੇ ਸਿੰਘ ਦੀ ਰਹਿਸ਼ ਤੇ ਮੁਲਾਕਾਤ ਹੋਏਗੀ ਅੱਜ 12:30 ਵਜੇ ਮੁਲਾਕਾਤ ਕਰਨਗੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸੀਐਮ ਮਾਨ ਅੱਜ ਸੰਜੇ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ 12:30 ਵਜੇ ਦੇ ਕਰੀਬ ਇਹ ਮੁਲਾਕਾਤ ਹੋਈ ਸੋ ਸੰਜੇ ਸਿੰਘ ਦੀ ਰਹਿਸ਼ ਤੇ ਮੁਲਾਕਾਤ ਕੀਤੀ ਜਾਣੀ ਹੈ ਸੋ ਬੀਤੇ ਦਿਨੀ ਸੰਜੇ ਸਿੰਘ ਦੀ ਦਿੱਲੀ ਸਥਿਤ ਰਹਿਸ਼ ਜੋ ਸਰਕਾਰੀ ਰਹਿਸ਼ ਸੀ ਉੱਥੇ ਐਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਤਕਰੀਬਨ 10 ਘੰਟੇ ਜਿਹੜੀ ਹੈ ਉਹ ਰੇਡ ਕੀਤੀ ਗਈ ਤਾਂ ਉਸ ਤੋਂ ਬਾਅਦ ਹੁਣ ਅੱਜ ਸੰਜੇ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਚੀਫ ਮਿਨਿਸਟਰ ਮਾਨ ਅੱਜ 12:30 ਵਜੇ ਮੁਲਾਕਾਤ ਕੀਤੀ ਜਾਏਗੀ ਸੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 12:30 ਵਜੇ ਮੁਲਾਕਾਤ ਕਰਨਗੇ